ਸਤਿ ਸ਼੍ਰੀ ਅਕਾਲ। ਇੱਕ ਵਾਰੀ ਫਿਰ ਜੁੜੇ ਹਾਂ ਤੁਹਾਡੇ ਨਾਲ, ਤਾਂ ਗੱਲਬਾਤ ਕਰਾਂਗੇ ਕਾਰੋਬਾਰ ਦੀ ਗੱਲ ਜਨ ਹਿਤੈਸ਼ੀ ਦੇ ਨਾਲ। ਸੋ ਦਿਖਾ ਰਹੇ ਹਾਂ ਤੁਹਾਨੂੰ ਤਸਵੀਰਾਂ, ਹੋਟਲ ਹਯਾਤ ਦੇ ਵਿੱਚ ਨੀਚੇ ਸਟਾਲਸ ਦੇ ਵਿੱਚ ਪਹੁੰਚੇ ਹਾਂ। ਸੋ ਫਸਟ ਫਲੋਰ 'ਤੇ LRGMA ਵੱਲੋਂ ਜਿਹੜੇ ਸਟਾਲਸ ਲਗਾਏ ਗਏ, ਕੁਛ ਚੁਨਿੰਦਾ ਜਿਹੜੇ ਘਰ ਹੈਗੇ ਆ ਉਹਨਾਂ ਨੂੰ ਦਿੱਤੇ ਗਏ ਆ। ਸੋ ਦਿਖਾ ਰਹੇ ਇਹਦੇ ਵਿੱਚ ਤਸਵੀਰਾਂ, ਜਿਹੜਾ ਲੇਡੀਜ਼, ਜੀ ਹਾਂ, ਕਿਡਸ ਵੇਅਰ ਦੇ ਵਿੱਚ ਗਰਲਿਸ਼, ਖਾਸ ਕਰਕੇ ਗਰਲਿਸ਼ ਆਈਟਮਸ ਬਣਾ ਰਹੇ। ਸੋ ਲਾਈਵ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਰਹੇ ਹੋ ਇਸ ਵੇਲੇ ਕਿ ਕਸਟਮਰ ਦਾ ਫੁੱਟਫਾਲ ਜਿੱਥੇ ਖਾਲੀ ਰੂਮਸ ਹੀ ਨਹੀਂ ਬਲਕਿ ਨੀਚੇ ਸਟਾਲਸ ਦੇ ਵਿੱਚ ਵੀ ਲਗਾਤਾਰ ਬਣਿਆ ਹੋਇਆ। ਔਰ ਲਾਈਵ ਤਸਵੀਰਾਂ ਇਸ ਵੇਲੇ ਦੀਆਂ, ਜੀ ਹਾਂ, ਕਿ ਗਰਲਿਸ਼ ਵੇਅਰ ਦੇ ਵਿੱਚ ਕਿਡਸ ਵੇਅਰ ਦੇ ਇੱਕ ਸਪੈਸ਼ਲ ਰੇਂਜ ਜਿਹੜੀ ਤਿਆਰ ਕੀਤੀ ਗਈ ਹੈ। ਸੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੈਸਟਰ ਲਗਾਤਾਰ ਬਣਿਆ ਹੋਇਆ ਔਰ ਵੈਸਟਰ ਇੱਥੇ ਵੀ ਆਪਣੀ ਪੂਰੀ ਕ੍ਰੀਏਟਿਵਿਟੀ ਸਮਝਦੇ ਹੋਏ ਪ੍ਰੋਡਕਟ ਦੀ ਜਾਂਚ ਕਰ ਰਿਹਾ। ਸੋ ਚੋਕੋਬੀ, ਜੀ ਹਾਂ, ਚੋਕੋਬੀ ਦੇ ਇਸ ਟਾਈਮ ਸਟਾਲ 'ਤੇ ਪਹੁੰਚੇ ਹਾਂ, ਦੇਖਦੇ ਹਾਂ, ਜਾਣਕਾਰੀ ਲੈਂਦੇ ਹਾਂ। ਸਰ ਨਮਸਕਾਰ। ਨਮਸਕਾਰ ਜੀ। ਤੁਹਾਡਾ ਨਾਮ ਸਰ? ਸੰਦੀਪ ਖੁਰਾਨਾ ਜੀ। ਉਹ ਤਾਂ ਮੇਰਾ ਨਾਮ ਹੈ। ਮੇਰਾ ਵੀ ਸੰਦੀਪ ਖੁਰਾਨਾ ਜੀ। ਠੀਕ ਹੈ ਸਰ, ਕੀ ਕਹਿਣਾ ਚਾਹੋਗੇ? ਜੋ ਤੁਸੀਂ ਪੁੱਛੋਗੇ ਸਰ। ਸਰ ਕਿੱਦਾਂ ਦਾ ਚੱਲ ਰਿਹਾ ਇਸ ਟਾਈਮ ਐਗਜੀਬਿਸ਼ਨ ਲੱਗੀ ਹੋਈ ਹੈ, ਦੋ ਦਿਨ ਦਾ ਫੁੱਟਫਾਲ ਕਿੱਦਾਂ ਰਿਹਾ? ਬਹੁਤ ਅੱਛਾ ਰਿਸਪੋਂਸ ਰਿਹਾ ਸਰ ਜੀ, ਫਸਟ ਟਾਈਮ ਲਗਾਈ ਹੈ ਜੀ, ਅਤੇ ਕਾਫੀ ਅੱਛੀ ਫੁੱਟਫਾਲ ਰਹੀ ਹੈ ਜੀ, ਅਤੇ ਕਸਟਮਰ ਦਾ ਰਿਸਪੋਂਸ ਵੀ ਬਹੁਤ ਅੱਛਾ ਰਿਹਾ। ਥੋੜ੍ਹੇ ਥੱਕੇ ਥੱਕੇ ਲੱਗ ਰਹੇ ਹੋ? ਥੋੜ੍ਹੇ ਥੋੜ੍ਹੇ, ਹਾਂਜੀ ਹਾਂਜੀ, ਥੋੜ੍ਹੀ ਥਕਾਵਟ। ਕਸਟਮਰ ਸਾਹਮਣੇ ਦੇਖ ਕੇ ਤਾਂ ਵੈਸੇ ਹੀ ਥਕਾਵਟ ਉਤਰ ਜਾਂਦੀ ਨਹੀਂ, ਸ਼ਾਇਦ ਤੁਹਾਨੂੰ ਸਾਹਮਣੇ ਦੇਖ ਕੇ, ਕੈਮਰੇ ਨੂੰ ਸਾਹਮਣੇ ਦੇਖ ਕੇ ਜ਼ਿਆਦਾ ਥਕਾਵਟ ਹੋ ਰਹੀ ਹੈ। ਓਕੇ, ਸੋ ਕੀ ਬਣਾਉਂਦੇ ਹਾਂ ਸਰ ਚੋਕੋਬੀ ਦੇ ਵਿੱਚ ਅਸੀਂ? ਸਰ ਚੋਕੋਬੀ ਦੇ ਵਿੱਚ ਅਸੀਂ ਬੱਚੇ ਤੋਂ ਬਣਾਉਂਦੇ ਹਾਂ, 2-2.5 ਸਾਲ ਦੇ ਬੱਚੇ ਤੋਂ ਲੈ ਕੇ MLXL ਲੇਡੀਜ਼ ਤੱਕ ਬਣਾਉਂਦੇ ਹਾਂ। ਅੱਛਾ, ਬੱਚੇ ਤੋਂ ਲੈ ਕੇ ਲੇਡੀਜ਼ ਬਣਾਉਂਦੇ ਹੋ, ਗਾਰਮੈਂਟਸ ਨਹੀਂ ਬਣਾਉਂਦੇ? ਗਾਰਮੈਂਟਸ ਬਣਾਉਂਦੇ ਇਹਨਾਂ ਦੇ, ਬੱਚੇ ਤੋਂ ਲੈ ਕੇ ਲੇਡੀਜ਼ ਬਣਾਉਂਦੇ ਆ? ਗਾਰਮੈਂਟਸ ਬਣਾਉਂਦੇ ਆ ਜੀ। ਲੋ, ਅਜੇ ਵੀ ਸੋਚ ਲਓ ਇੱਕ ਵਾਰੀ, ਗਾਰਮੈਂਟਸ ਬਣਾਉਂਦੇ ਆ ਜੀ, ਗਾਰਮੈਂਟਸ ਪੱਕਾ ਨਾ। ਸੋ ਕੀ ਕਿੱਦਾਂ ਦਾ ਇਸ ਵਾਰੀ ਕੀ ਇੱਥੇ ਜਿਹੜਾ ਡਿਸਪਲੇ ਕੀਤਾ ਗਿਆ? ਸਰ ਇਸ ਵਾਰੀ ਇੰਪੋਰਟਡ ਫੈਬਰਿਕਸ ਬਹੁਤ ਇਨ ਹੋਏ ਆ, ਅਤੇ ਇੰਡੀਅਨ ਫੈਬਰਿਕ ਨਾਲ ਵੀ ਚੱਲ ਰਿਹਾ, ਜਿੱਦਾਂ ਇੰਡੀਅਨ ਫੈਬਰਿਕਸ ਦੇ ਵਿੱਚ ਨੇ ਜੀ, ਅਤੇ ਨਾਲ ਕੁਛ ਇੰਪੋਰਟਡ ਫੈਬਰਿਕ, ਕਾਫੀ ਫਰ ਦੇ ਵਿੱਚ ਆਈਟਮ ਐਡ ਹੋਈਆਂ, ਟੋਪ ਚੱਲ ਰਿਹਾ, ਕੋਟ ਸੈੱਟ ਚੱਲ ਰਿਹਾ ਬੱਚਿਆਂ ਦੇ, ਵੱਡਿਆਂ ਦੇ, ਲੇਡੀਜ਼ ਦੇ ਜੀ, ਸਭ ਦੇ। ਜਿਵੇਂ ਕਹਿੰਦੇ ਕਿ ਲੇਡੀਜ਼ ਟ੍ਰੈਂਡ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਬਦਲਦਾ ਜੀ, ਤਾਂ ਤੁਸੀਂ ਸਭ ਤੋਂ ਮੁਸ਼ਕਿਲ ਕੰਮ ਸਭ ਤੋਂ ਫੜਿਆ, ਇਹ ਕਿੱਦਾਂ? ਮਤਲਬ ਮੁਸ਼ਕਿਲ ਕੰਮ ਸਰ, ਕੋਈ ਵੀ ਕੰਮ ਕਰਾਂਗੇ ਤਾਂ ਕਰਨ ਤੋਂ ਬਾਅਦ ਨਹੀਂ ਮੁਸ਼ਕਿਲ ਲੱਗਦਾ, ਪਹਿਲਾਂ ਹੀ ਮੁਸ਼ਕਿਲ ਲੱਗਦਾ, ਜਦੋਂ ਰੂਟੀਨ ਬਣ ਜਾਂਦੀ ਫਿਰ ਉਹ ਜ਼ਿਆਦਾ ਮੁਸ਼ਕਿਲ ਨਹੀਂ ਲੱਗਦਾ। ਅਸੀਂ ਦੇਖਿਆ ਕਿ ਮੈਕਸੀਮਮ ਜਿੱਥੇ ਕਿਡਸ ਵੇਅਰ ਦੇ ਵਿੱਚ ਲੋਕ ਬੋਆਇਜ਼ ਦਾ ਬਣਾ ਰਹੇ ਆ ਜੀ, ਤੁਸੀਂ ਸਾਨੂੰ ਪਹਿਲੇ ਮਿਲੇ ਹੋ ਜਿਹੜੇ ਗਰਲਸ ਦਾ ਬਣਾ ਰਹੇ ਆ ਕਿਡਸ ਵੇਅਰ ਜੀ 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 ਨਹੀਂ, ਹੋਰ ਵੀ ਕਾਫੀ ਬ੍ਰਾਂਡ ਬਣਾ ਰਹੇ ਆ, ਬਟ ਆਪਾਂ ਇੱਥੇ ਜਿਹੜਾ ਮੈਂ ਐਗਜੀਬਿਸ਼ਨ ਦੇਖ, ਓਕੇ ਓਕੇ, ਤੁਸੀਂ ਮੋਨੋਪਲੀ ਕਰ ਰਹੇ ਸੀ ਆਪਣੀ ਤਾਂ ਕਰਕੇ? ਨਹੀਂ, ਮੋਨੋਪਲੀ ਵਾਲੀ ਤਾਂ ਕੋਈ ਗੱਲ ਨਹੀਂ। ਅੱਛਾ, ਸੋ ਕਿੱਦਾਂ ਰਿਹਾ ਰਿਸਪੋਂਸ? ਨਹੀਂ, ਬਹੁਤ ਅੱਛਾ ਰਿਹਾ। ਕਿੱਥੋਂ ਵਿਸਟਰ ਆਇਆ? ਸਰ ਵਿਸਟਰ ਆਲ ਓਵਰ ਇੰਡੀਆ ਤੋਂ ਆਇਆ ਜੀ। ਬਿਲਕੁਲ। ਸੋ ਇਹ ਚੋਕੋਬੀ ਦਾ ਨਾਮ ਕਿੱਦਾਂ ਸਿਲੈਕਟ ਕੀਤਾ? ਚੋਕੋਬੀ ਦਾ ਸਰ ਇੰਟਰਨੈਟ ਤੋਂ ਕੁਛ ਨਾ ਕੁਛ ਸਰਚ ਕਰਦੇ ਕਰਦੇ ਕੰਬਾਈਨ ਕਰਕੇ ਕੋਕੋਬੀ ਤੋਂ ਅਸੀਂ ਚੋਕੋਬੀ ਬਣਾਇਆ ਸੀ ਬ੍ਰਾਂਡ ਜੀ, ਕੋਕੋਬੀ ਨਾਮ ਚਾਹਿਆ ਸੀ ਉਹਦਾ, ਹਾਂਜੀ, ਅਤੇ ਅਸੀਂ ਉਹਨਾਂ ਨੇ ਅਲਟਰਨੇਟਿਵ ਥੋੜ੍ਹਾ ਜਿਹਾ ਚੋਕੋਬੀ ਕੀਤਾ ਸੀ। ਵੈਰੀ ਗੁੱਡ, ਸੋ ਬਹੁਤ ਚੰਗਾ ਲੱਗਿਆ। ਕਿੱਦਾਂ ਦਾ ਗਾਹਕਸ ਨੇ ਸਭ ਤੋਂ ਜ਼ਿਆਦਾ ਕੀ ਪਸੰਦ ਕੀਤਾ? ਸਰ ਗਾਹਕ ਨੇ ਸਾਰੀ ਆਈਟਮਾਂ, ਹਰ ਕਿਸੇ ਦੀ ਆਪਣੀ ਮਾਰਕੀਟ ਦੇ ਹਿਸਾਬ ਦੇ ਨਾਲ, ਆਪਣੀ ਕਲੈਂਟੇਜ ਦੇ ਹਿਸਾਬ ਨਾਲ ਸਾਰੀ ਆਈਟਮਾਂ ਉਹਨਾਂ ਨੇ ਪਸੰਦ ਕੀਤੀਆਂ। ਹਾਂਜੀ ਸਰ, ਨਮਸਕਾਰ। ਨਮਸਕਾਰ ਸਰ, ਤੁਹਾਡਾ ਨਾਮ ਸਰ? ਹਰੀਓਮ ਖੁਰਾਨਾ ਜੀ। ਹਰੀਓਮ ਖੁਰਾਨਾ ਜੀ, ਹਰੀਓਮ 'ਚ ਤਾਂ ਸਭ ਕੁਛ ਹੀ ਆ ਗਿਆ ਹੁਣ? ਹਾਂਜੀ ਬਿਲਕੁਲ ਬਿਲਕੁਲ ਆ ਗਿਆ, ਕੁਛ ਬਚਿਆ ਹੀ ਨਹੀਂ? ਨਾ ਜੀ ਨਾ, ਬਿਲਕੁਲ। ਤੁਸੀਂ ਆਪ ਹੀ ਦੱਸੋ ਫਿਰ ਕੀ ਕਹੋਗੇ? ਐਵਰੀਥਿੰਗ ਇਜ਼ ਓਕੇ ਜੀ, ਬਹੁਤ ਸੋਹਣਾ ਰਿਹਾ ਜੀ, ਜ਼ਬਰਦਸਤ। ਕੀ ਬਣਾਇਆ ਫਿਰ? ਕਿਸ ਤਰ੍ਹਾਂ ਦਾ ਜੀ ਪ੍ਰੋਡਕਟ 'ਚ ਕੀ ਕੀ ਬਣਾਇਆ? ਬੰਦੇ ਤਾਂ ਬਹੁਤ ਗਰਲਿਸ਼ ਵਿੱਚ ਆਟੋ ਬਣੇ ਸਾਰੇ ਬੜੇ ਬੱਚੇ ਤੋਂ ਲੈ ਕੇ ਟੀਨੇਜਰ ਤੱਕ। 16 ਸਾਲ ਤੱਕ ਜੀ? ਦੋ ਢਾਈ ਸਾਲ ਤੋਂ ਲੈ ਕੇ ਜੀ 16 ਸਾਲ ਤੱਕ ਬੱਚੇ ਤੱਕ ਬਣਾਈ ਹੈ। ਨਵੇਂ ਜੰਮੇ ਬੱਚਿਆਂ ਦਾ ਨਹੀਂ? ਹਾਂ ਨਵੇਂ ਜੀ, ਬਿਲਕੁਲ ਨਹੀਂ, ਨਿਊ ਬੋਰਨ, ਦੋ ਢਾਈ ਸਾਲ ਤੋਂ ਲੈ ਕੇ 16 ਸਾਲ ਤੱਕ। ਹਾਂਜੀ, ਖਾਸ ਕਰਕੇ ਕੁੜੀਆਂ, ਖਾਸ ਸਪੈਸ਼ਲ ਕੁੜੀ ਦਾ, ਬੋਆਇਜ਼ ਹੈ ਹੀ ਨਹੀਂ। ਹਾਂਜੀ ਹਾਂਜੀ, ਔਰ ਬਹੁਤ ਅੱਛਾ ਰਿਹਾ, ਮਤਲਬ ਕਿ ਸਾਡੇ ਪ੍ਰੋਡਕਟਸ ਨੂੰ 95% ਸਾਡਾ ਪਾਸ ਹੋਇਆ ਸਰ। ਸਾਨੂੰ ਦੇਖ ਕੇ ਇੱਥੇ ਗਰਲਸ ਵਾਲੇ ਮਿਲੇ ਹੀ ਤੁਸੀਂ ਹੋ, ਇਸ ਜੰਗਲ ਮੇਂ ਏਕ ਹੀ ਸ਼ੇਰ, ਹੋਰ ਕੋਈ ਹੈ ਹੀ ਨਹੀਂ। ਸਰ ਇਹ ਤਾਂ ਬਿਲਕੁਲ ਯੰਗ ਹੈ, ਤੁਸੀਂ ਪੁਰਾਣੇ ਕਿੱਦਾਂ ਕਹਿ ਸਕਦੇ? ਸਰ ਮੈਂ ਉਹੀ ਤਾਂ ਕਹਿ ਰਿਹਾ, ਬਿਲਕੁਲ ਯੰਗ ਹੈ, ਪੁਰਾਣੇ ਕਿੱਥੋਂ ਲੱਗ ਰਹੇ? ਐਂ ਨਾ ਨਾ ਕਰੋ ਸਰ ਜੀ, ਅਤਿਥੀ ਦੇਵੋ ਭਵ। ਹਾਂਜੀ ਹਾਂਜੀ, ਬਿਲਕੁਲ, ਥੈਂਕ ਯੂ ਜੀ। ਜੀ ਕੀ ਕਹਿੰਦੇ ਹੋ? ਨਹੀਂ ਨਾ, ਇਨਕਾ ਪ੍ਰੋਡਕਟ ਹਮ ਕਾਫੀ ਟਾਈਮ ਸੇ ਵੇਚ ਰਹੇ ਹੈ ਜੀ। ਪਹਿਲੇ ਨਾਮ ਤਾਂ ਦੱਸੋ। ਪ੍ਰਸ਼ਾਂਤ ਮੱਕੜ। ਕਿੱਥੋਂ ਹੈ ਜੀ? ਫਰੋਮ ਮੁਜ਼ੱਫਰਨਗਰ। ਮੁਜ਼ੱਫਰਨਗਰ ਯੂਪੀ ਜੀ। ਤਾਂ ਸਰ ਯੂਪੀ ਦਾ ਉਹ ਮੰਡੀ ਹੈ ਜਿੱਥੇ ਮਜਬੂਰੀ ਹੈ, ਜੇ ਜਿਹਦੇ ਕੋਲ ਯੂਪੀ ਨਹੀਂ ਉਹਦੇ ਪੱਲੇ ਕੁਛ ਨਹੀਂ। ਅੱਛਾ, ਸਹੀ ਕਹਿ ਰਹੇ ਹੋ ਜੀ।
ਬਿਲਕੁਲ ਮੰਨ ਗਿਆ ਜੀ, ਮੈਂ ਕਿਹਾ ਤੁਹਾਡੀ ਗੱਲ ਨਹੀਂ ਮੰਨਾਂਗੇ ਹੋਰ ਕਿੰਦੀ ਮੰਨਾਂਗੇ ਦੱਸੋ। ਕੀ ਕਹਿੰਦੇ ਹੋ ਸਰ, ਕਿੱਦਾਂ ਰਿਹਾ ਇਹਨਾਂ ਦਾ ਪ੍ਰੋਡਕਟ? ਨਹੀਂ, ਇਹਨਾਂ ਦਾ ਪ੍ਰੋਡਕਟ ਤਾਂ ਅਸੀਂ ਵੇਚ ਰਹੇ ਹਾਂ, ਪਹਿਲੇ ਤੋਂ ਹੀ ਵੇਚ ਰਹੇ ਹਾਂ, ਬਹੁਤ ਅੱਛਾ ਫੈਬਰਿਕ ਵੀ ਅੱਛਾ, ਰੇਟਸ ਵਾਈਜ਼ ਬਹੁਤ ਮਤਲਬ ਕੁਆਲਿਟੀ ਵੀ ਫਾਈਨ ਹੈ, ਰੇਟਸ ਵੀ ਬਹੁਤ ਰੀਜ਼ਨੇਬਲ ਹੈ, ਬਰਕਤ ਭਰਾ ਮਾਲ ਹੈ, ਵਿਕਦਾ ਹੈ ਹਮਾਰੇ ਪਾਸ, ਬਹੁਤ ਅੱਛਾ ਰਿਸਪੋਂਸ ਮਿਲਤਾ ਹੈ। ਇਸ ਵਾਰੀ ਕਿੱਦਾਂ ਦੀਆਂ ਨਵੀਆਂ ਚੀਜ਼ਾਂ ਇਹਨਾਂ ਨੇ ਬਣਾਈਆਂ? ਇਹਨਾਂ ਨੇ ਜਿਹੜੇ ਕੋਟ ਸੈੱਟ ਵਗੈਰਾ ਵੈਲਵੇਟ ਦੇ ਟਰੈਕ ਸੂਟ ਬੱਚੇ ਦੇ ਪੈਚ ਵਗੈਰਾ ਲਗਾ ਕੇ ਜਿਹੜੀ ਚੀਜ਼ਾਂ ਬਣਾਈਆਂ ਨੇ, ਇਹ ਦੇਖੋ ਥੱਲੇ ਮੈਂ ਦੇਖ ਰਿਹਾ ਸੀ ਦੋ ਚਾਰ ਸੈਂਪਲ, ਬਹੁਤ ਵਧੀਆ ਮਿੱਡੀ ਬਹੁਤ ਅੱਛੀ ਬਣਾਈ ਹੈ ਜੀ, ਇਹ ਚੀਜ਼ ਬਿਲਕੁਲ ਨਵੀਂ ਹੈ ਇਹਨਾਂ ਦੀ, ਬਿਲਕੁਲ ਠੀਕ ਹੈ, ਬਹੁਤ ਸ਼ਾਨਦਾਰ ਰਿਸਪੋਂਸ ਰਿਹਾ, ਅਸੀਂ ਬੁਕਿੰਗ ਵੀ ਕਰਾਈ ਇਹਨਾਂ ਦੇ ਮਾਲ ਦੀ, ਬਹੁਤ ਅੱਛਾ ਰਿਸਪੋਂਸ ਰਿਹਾ। पिछले दो दिन तो बहुत सारी इंटरव्यूज कर रहे हैं, पर किड्स वेयर दे विच खास करके गर्लिश ली एक जिहड़ा कॉन्सेप्ट क्रिएट किया गया, वो सिर्फ चोको बी दे स्टॉल तो ही सानू मिले इस पूरी एग्जीबिशन च। फिलहाल ये फिलहाल चोको बी तो इस वेले दा अपडेट, फिर तुहाडे नाल जुड़ांगे, देखते रहो, बने रहो, जाने ते शी, धन्नवाद।